बैठ जाओ मेरा वीर, बह जाओ यार, बह जाओ इतने, बैठ जाओ भरा बन के। ओदा बैठ ही नहीं होना भाई, इन्हों बिठा लो, इन्ने क बिठा लो। जित दियां बरूहां ते बैठे सरलत जोधियो, फतेह प्रवान करना। वाहेगुरु जी का खालसा, वाहेगुरु जी की फतेह। चार कमेंट लेने हैं, चार ही गल्लां करनियां भरावो। गल्लां पते दियां ने, दिमाग दे विच दिल दे विच बिठा के जानियां ने। पहली गल तां ये कि असीं इह जंग जित्ती बैठे हैं, हौसला नहीं छड्डना। जिहड़ी सरकार ऐदू पहला किन्ने काले कानून लेके आई, चाहे NRC होवे, चाहे CA होवे, 370 की गल होवे, जिहड़ी सरकार कदे गलबात करन वाला दूर की गल है। जिहड़े बंदे कदे कोई बयान भी नहीं दिंदे सी, कोई बयान भी नहीं दिंदे, किड्डे वड्डे अंदोलन उन्हां काले कानूनां दे खिलाफ भी चले आ। साडी इह जित है। कल जो जथेबंदियां वाले गए ने, मीटिंग होई है, ਤਾਂ ਮੀਟਿੰਗ ਦੇ ਵਿੱਚੋਂ ਮੰਨੇ ਨੇ ਕਿ ਭਾਈ ਅਸੀਂ ਸੋਧਾਂ ਕਰਨ ਨੂੰ ਤਿਆਰ ਹਾਂ, ਇਹ ਤੁਹਾਡੀ ਜਿੱਤ ਹੈ। ਪਰ ਗੱਲ ਆਪਣੀ ਸੁਣ ਲਓ ਵੀਰੇ, ਸੁਣ ਲਓ, ਬਾਅਦ 'ਚ ਜਿਕਾਰੇ ਛੱਡੋ ਬਾਅਦ 'ਚ ਮੇਰਾ ਵੀਰ। ਪਰ ਗੱਲ ਆਪਣੀ ਕਾਨੂੰਨ ਰੱਦ ਕਰਾਉਣ 'ਤੇ ਹੋਈ ਹੈ। ਇਸੇ ਗੱਲ 'ਤੇ ਕੱਲ੍ਹ ਜਥੇਬੰਦੀਆਂ ਵੀ ਅੜੀਆਂ ਨੇ ਵੀ ਅਸੀਂ ਗੱਲਬਾਤ ਤੋੜ ਕੇ ਚੱਲੇ ਹਾਂ। ਗੱਲਬਾਤ ਅਗਲੀ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਅੱਗੇ ਜਾਰੀ ਰੱਖਣ ਦੀ, ਉਹਨਾਂ ਨੇ ਪਹਿਲ ਕੀਤੀ ਹੈ ਕਿ ਨਹੀਂ ਗੱਲਬਾਤ ਨਹੀਂ ਆਪਾਂ ਤੋੜਨੀ, ਆਪਾਂ ਪਰਸੋਂ ਫੇਰ ਬੈਠਦੇ ਹਾਂ। ਇਹ ਤੁਹਾਡੀ ਜਿੱਤ ਹੈ, ਸਮਝ ਲਓ ਭਰਾਵੋ। ਅਗਲੀ ਗੱਲ ਹੁਣ ਜਿਹੜੀ ਹੋਰ ਗੌਰ ਕਰਨ ਵਾਲੀ ਹੈ, ਟੀਮਾਂ ਆਪਣੀਆਂ ਬਣਾ ਲਈਆਂ ਨੇ ਆਪਾਂ। ਹਰਿਆਣੇ ਵਾਲੇ ਮੁੰਡੇ ਮਨਦੀਪ ਵਰਗੇ ਨਾਲ ਨੇ ਆਪਣੇ, ਪੰਜਾਬ ਵਾਲੇ ਮੁੰਡੇ ਜਿਹੜਾ ਨਾਂ ਲਿਖਾਉਣਾ ਚਾਹੁੰਦੇ ਆ, ਨਾਂ ਲਿਖਾਓ। ਆਪਾਂ ਰਾਤ ਨੂੰ ਸਾਰੀ ਰਾਤ ਪਹਿਰਾ ਦਿਆ ਕਰਨਾ, ਟੀਮਾਂ ਬਣਾ ਕੇ ਸਮਾਂ ਵੰਡ ਕੇ, ਕਿਉਂਕਿ ਕੋਈ ਗੜਬੜ ਜਿਹੜੀ ਇਹ ਕਰਾ ਸਕਦੇ ਨੇ। ਆਪਾਂ ਦੇਖਿਆ ਪਿਛਲੇ ਸਮੇਂ ਕਿ ਜਾਟ ਅੰਦੋਲਨ ਕਿੰਨਾ ਭਖਿਆ ਹੋਇਆ ਸੀਗਾ। ਮੌਕੇ 'ਤੇ ਆ ਕੇ ਇਹਨਾਂ ਨੇ ਇਹ ਮੁਹਿੰਮ ਚਲਾ ਦਿੱਤੀ ਕਿ ਜਾਟਾਂ ਨੇ ਬਲਾਤਕਾਰ ਕਰਤੇ ਬੁੜੀਆਂ ਕੁੜੀਆਂ ਦੇ। ਸਾਰੀ ਮੁਹਿੰਮ ਨੂੰ, ਸਾਰੇ ਘੋਲ ਨੂੰ ਫੇਲ ਕਰਤਾ ਉਸ ਇਹਨਾਂ ਦੀ ਗੱਲ ਨੇ। ਹੁਣ ਆਪਾਂ ਉਹ ਨਹੀਂ ਹੋਣ ਦੇਣਾ। ਰਾਤ ਵੀ ਕੁਛ ਬੰਦੇ ਤਿੰਨ ਫੜੇ ਗਏ ਨੇ, ਆ ਡਰੋਨ ਲੈ ਕੇ ਘੁੰਮਦੇ, ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਦੇ। ਪਰਸੋਂ ਰਾਤ ਵੀ ਬਲਦੇਵ ਸਿਰਸੇ ਵਰਗਿਆਂ ਨੇ ਬੰਦੇ ਫੜੇ ਹੈ। ਸੋ ਮੇਰਾ ਵੀਰ ਇੱਕ ਬੇਨਤੀ ਹੈ ਕਿ ਆਪੋ ਆਪਣੀਆਂ ਟਰਾਲੀਆਂ ਦੇ ਵਿੱਚ ਇੱਕ ਅੱਧਾ ਬੰਦਾ ਰਾਤ ਨੂੰ ਜਾਗਦੇ ਰਿਹਾ ਕਰੋ। ਪੂਰੀ ਆਪਾਂ ਗੌਰ ਰੱਖਣੀ ਆ। ਹੁਣ ਆਪਣੇ ਕੋਲ ਸਿਰਫ ਇੱਕੋ ਹੀ ਚੀਜ਼ ਬਚਦੀ ਹੈ, ਜੇ ਆਪਾਂ ਇਹਦੇ ਸਬਰ ਤੋਂ ਕੰਮ ਲੈ ਗਏ, ਸਿਆਣਪ ਤੋਂ ਕੰਮ ਲੈ ਗਏ, ਚਕੰਨੇ ਰਹਿ ਗਏ, ਤਾਂ ਜਿੱਤ ਕੇ ਮੁੜਾਂਗੇ, ਦਿੱਲੀ ਜਿੱਤ ਕੇ ਮੁੜਾਂਗੇ। ਸਾਡੀ ਇੱਕ ਵੀ ਗਲਤੀ ਸਾਡੇ ਆਉਣ ਵਾਲੇ 50 ਸਾਲਾਂ ਦੇ ਭਾਰੂ ਪੈ ਸਕਦੀ ਹੈ। ਗੱਲ ਆਪਣੇ ਚੇਤੇ 'ਚ ਵਸਾ ਲਿਓ, ਯਾਦ ਰੱਖਿਓ। ਜੇ ਮੈਂ ਰਾਤ ਪਿਛਲੇ ਪਾਸੇ ਮੁੰਡੇ ਕੋਲ ਸ਼ਰਾਬ ਪੀਤੀ ਸੀਗੀ ਅਤੇ ਉੱਥੇ ਹੁੱਲੜਬਾਜ਼ੀ ਕਰਦਿਆਂ, ਮੇਰਾ ਵੀਰ ਉਹ ਕੰਮ ਨਾ ਕਰੋ। ਆਪਾਂ ਜਿੱਤੀ ਜਿਤਾਈ ਲੜਾਈ ਹਾਰ ਜਾਂਗੇ। ਮੈਂ ਵਾਰ ਵਾਰ ਬੇਨਤੀ ਕਰਦਾ, ਮੈਂ ਚੈਨਲਾਂ ਰਾਹੀਂ ਵੀ ਕਿਹਾ, ਸੋਸ਼ਲ ਮੀਡੀਆ ਰਾਹੀਂ ਵੀ ਕਿਹਾ, ਸਟੇਜ ਤੋਂ ਵੀ ਬੋਲਦਾ ਕਿ ਦੇਖਿਓ ਇਸ ਤਰ੍ਹਾਂ ਦੀ ਗਲਤੀ ਨਾ ਕਰ ਦਿਓ, ਤਾਂ ਨਹੀਂ ਸਾਰੀ ਉਮਰ ਆਪਣੇ ਆਪ ਨੂੰ ਲਾਹਨਤਾਂ ਪਾਉਂਦੇ ਰਹਾਂਗੇ ਕਿ ਯਾਰ ਸਾਥੋਂ ਕੀ ਗਲਤੀ ਹੋ ਗਈ, ਸਾਡੀ ਗਲਤੀ ਨਾਲ ਤਿਆਰ ਬੈਠੇ ਨੇ। ਇਹ ਸਰਕਾਰਾਂ ਦੇ ਢੰਗ ਹੁੰਦੇ ਨੇ ਕਿ ਲੰਮਾ ਲਈ ਚੱਲੋ, ਲੰਮਾ ਲਈ ਚੱਲੋ। ਕੋਈ ਨਾ ਕੋਈ ਗਲਤੀ ਕਰਨਗੇ, ਕੋਈ ਨਾ ਕੋਈ ਗਲਤੀ ਕਰਨਗੇ, ਉਹਨੂੰ ਉਭਾਰ ਕੇ ਆਪਾਂ ਘੋਲ ਨੂੰ ਖਦੇੜ ਦਿਆਂਗੇ। ਪਰ ਉਹਨਾਂ ਦੀਆਂ ਚਾਲਾਂ ਚੱਲੀਆਂ ਨਹੀਂ। ਬੜੀ ਖੁਸ਼ੀ ਹੋਈ ਕੱਲ੍ਹ, ਇੱਕ ਰਾਜਸਥਾਨ ਤੋਂ ਕੋਈ ਸੱਜਣ ਆਏ ਨੇ, ਉੱਧਰਲੇ ਬਾਗੜੀ ਨੇ ਜਿਹੜੇ। ਕਿਸੇ ਚੈਨਲ ਵਾਲੇ ਨੇ ਪੁੱਛਿਆ ਕਿ ਇੱਥੇ ਤਾਂ ਜੀ ਇਹ ਗੱਲ ਹੁੰਦੀ ਆ ਕਿ ਖਾਲਿਸਤਾਨੀ ਆ ਗਏ। ਉਹ ਕਹਿੰਦਾ ਜੀ ਹੱਕ ਮੰਗਣਾ ਖਾਲਿਸਤਾਨੀ ਆ, ਤਾਂ ਮੈਂ ਲਿਖਾਉਣਾ ਸਭ ਤੋਂ ਪਹਿਲਾਂ ਖਾਲਿਸਤਾਨੀ ਮੈਂ ਹਾਂ। ਉਹ ਬਹੁਤ ਸੋਹਣਾ ਲਿਖਿਆ ਕਿ ਭਾਰਤ ਲਈ ਲੜੇ ਤਾਂ ਸ਼ਹੀਦ, ਹਿੰਦੂਆਂ ਲਈ ਲੜੇ ਤਾਂ ਫਰਿਸ਼ਤੇ, ਆਪਣੇ ਲਈ ਲੜੇ ਤਾਂ ਅੱਤਵਾਦੀ। ਹੱਕ ਮੰਗਦੇ ਅਸੀਂ ਅੱਤਵਾਦੀਆਂ, ਵੱਖਵਾਦੀਆਂ, ਪਾਕਿਸਤਾਨੀਆਂ। ਅੱਜ ਚੈਨਲ 'ਤੇ ਖਬਰ ਚੱਲ ਰਹੀ ਹੈ ਕਿ ਇੱਥੇ ਜੀ ਚੀਨ ਤੋਂ ਫੰਡ ਆ ਰਿਹਾ, ਰੂਸ ਤੋਂ ਫੰਡ ਆ ਰਿਹਾ। ਜਦੋਂ ਚੀਨ ਦੀ ਹੱਦ 'ਤੇ ਜਾ ਕੇ ਮਰਨਾ, ਸ਼ਹੀਦ ਹੋਣਾ, ਉਦੋਂ ਅਸੀਂ ਹੀਰੋ ਹਾਂ। ਜਦੋਂ ਹੱਕ ਮੰਗਦੇ ਹਾਂ ਉਦੋਂ ਅਸੀਂ ਅੱਤਵਾਦੀ ਹਾਂ। ਗੱਲ ਤੁਸੀਂ ਸਮਝ ਲੈਣੀ ਹੈ। ਸੋ ਮੇਰਾ ਵੀਰ, ਬਹੁਤੀਆਂ ਮੈਂ ਗੱਲਾਂ ਬਾਤਾਂ ਨਹੀਂ ਕਰਨੀਆਂ, ਕੋਈ ਬਖਰੇਵੇਂ ਨਹੀਂ। ਕਈ ਸੱਜਣ ਕਹਿੰਦੇ ਨੇ ਬਾਈ ਬੋਲਣ ਨਹੀਂ ਦਿੱਤਾ, ਕੋਈ ਗੱਲ ਨਹੀਂ। ਸਤਿਕਾਰਯੋਗ ਨੇ ਸਾਰੀਆਂ ਜਥੇਬੰਦੀਆਂ ਵਾਲੇ, ਚੰਗੀ ਗਵਾਹੀ ਕਰ ਰਹੇ ਆ, ਅੱਜ ਦੇ ਸਮੇਂ ਚੰਗੀ ਗਵਾਹੀ ਕਰ ਰਹੇ ਆ, ਬਹੁਤ ਸੋਹਣੀ ਗਵਾਹੀ ਹੋ ਰਹੀ ਹੈ। ਪਰ ਮੈਂ ਇੱਕ ਗੱਲ ਤੁਹਾਡੇ ਲੋਕਾਂ ਦੇ ਸਾਹਮਣੇ ਵੀ, ਜਥੇਬੰਦੀਆਂ ਵਾਲੇ ਵੀ ਖੜ੍ਹੇ, ਉਹਨਾਂ ਨੂੰ ਵੀ ਕਹਿਣੀ ਚਾਹੁੰਦਾ ਕਿ ਹੁਣ ਪਤਾ ਕੀ ਹੋ ਰਿਹਾ, ਜਿੰਨੇ ਗਵਾਹੀ ਕਰ ਰਹੇ ਇੱਥੇ ਲੋਕ ਨੇ, ਆਗੂ ਨੇ, ਉਹਨਾਂ ਦੇ ਆਲੇ ਦੁਆਲੇ ਇੱਕ ਘੇਰਾ ਇਹਨਾਂ ਨੇ ਬਣਾਉਣਾ ਸ਼ੁਰੂ ਕਰਤਾ।
दबा पाना शुरू करता भी इन्हों लोगों किमें ना किमें खदेड़िया जाए। पर मैं कहना सलूट है इन्हों जिहड़े हिसाब नाल कल सुरजीत फूल नाल मेरी गल हुई जो मीटिंग तो बाहर आए वह कहना पूरी डांग खड़की है अंदर पूरी डांग खड़की है पूरे निरुत्तर करके रखते हैं किसी कोई जवाब नहीं सी जिते बैठे हैं देखो मेरा वीर। पर एक गल का अफसोस जरूर है 3 करोड़ की आबादी के बच्चों हले 3 लाख ही आए हैं जिहड़े घर बैठे है की सोच के बैठे है यार। आ देखो जी असं इतों जित के जावे ना तो साड़ा मनोबल आसमान सूहूगा तो जोड़े होर हकों की गल करते हैं पंजाबियों की असं उन्होंने भी दुगने चौगने होकर लड़ांगे। इतों एक गलती सानू हरा के मुड़ते हैं तो 40 साल 30 साल असं उठना नहीं क्योंकि एको ही निराशता सारा जानी आ भी आह देखो यार दिल्ली भी घेर ली सी सारे टप गए थे बार्डर बूडर पर उतों की हासिल होया हूँ कल्ले कल्ले इंसान से निर्भर करता। मेरा भीर आओ जेड़े पंजाब हले ही बैठे यकां तक्कां करी जाने सलाह करी जाने आ जाओ मेरा भीर थोड़े नाल दे भरा पिंडां वाले साथी बाहरले सज्जन कहिंदे आ भाई फंड भेजना उन्होंने एको ही बेनती की सी कि भाई फंड जे भेजना अपने पिंडां च भेजो अपने पिंडां च कहो भी आह चुको ट्राली ट्रैक्टर असीं तेल पवाउणे जाओ दिल्ली ये होना चाहिए। बहुत बहुत भरावां दे जिहड़े साडे अनुसूचित जाति दे लोक ने उन्होंने भी स्नेह आए है आ जा भीरे अगे आ जा फिर कोई गल नहीं आ जाते भाई उन्होंने भी स्नेह आए है कि भाई असं आना चाहते हैं पर साधन है नहीं सो बारे भरावान बेनती करते हैं कमाल हो ही पई है यार कि रंग च रंगी गई है दिल्ली अज हर प्रकार का लंगर इतने मिल रहा है वह गीजर का लंगर भी लाता हूँ तो हाँ सिलेंडर का गीजर का मैं कहना वह कि जी सू चीज लोड़ी दी लंगर नहीं इतने लग्या दुनिया के मिसाल पैदा कर रहा जोड़ा अंदोलन है यह संघर्ष है। हाँ भाई आ जा चप्पल भैया रस्सियां बनिया ने संगत नु कहदे जेड़े रस्सियां च ने खड़े ने ओ बैह जाओ। अच्छा भाई इधरले रस्सियां तो बाहर खड़ जाओ ठीक अच्छा रस्सियां ठीक 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 है भाई भाई दी बेनती आ के रस्सियां वाले मेरा वीर बैह जाओ ठीक है बहुत बढ़िया गल आ। एक भाई होर मेरी बेनती सुन लो यार बार बार आपां इत्थे गोदी मीडिया वाले आउंदे आ भरावो उन्हां दे मगर ना पो उन्होंने उस तरह का माहौल ना बनाओ उन्होंने मौका मिल जाए कि आह देखो जी ये मीडिया ना बस लुकी करते हैं धक्काशाही करते हैं जदों ही कोई गोदी मीडिया वाला पत्रकार आता है उन्होंने ठोक के सवालों के जवाब दो ठोक के सवाल पूछो ऐह लोड़ निरंतर करके तोरोंगे थोड़ी गल जाऊगी दिल्ली तक की पूरी दुनिया जाऊगी। धन्यवाद पूरी दुनिया के लोगों का कनेडा अमरीका बहुत बड़े प्रदर्शन हो रहे हैं होर कई देशों के साडे लोग ने जिहड़े संघर्षां दे राह पए होए ने रोज मार्च ट्रालियां राही अपनियां गड्डियां राही भारतीय एम्बेसी दे मूहरे भी प्रदर्शन हो रहे हैं अज हर एक मैं कहना पंजाबी हरियाणवी यूपी वाले महाराष्ट्र वाले राजस्थान वाले हर बंदा झोकी बैठा है अपने आप नूं झोकी बैठा संदोलन दे विच भी तो जित तो इलावा साडे अगे कोई होर चीज़ नज़र नहीं आनी चाहिए। आ माड़िया मोटिया गल्लां बखरे में चलते रहिंदे कोई गल नहीं आपां सारे एक हैं एके नाल जित मिलनी है कोई भी यह जी गल ना करया करो जिदे नाल माहौल इस तरह का बने कि वह जी दराड़ हो गए दफाड़ हो गए नहीं। मैं फिर कहना जिन्हें पंजाब वाले हरियाणे वाले दूजे सूबे वाले सारे सत्कारयोग ने जथेबंदियां सत्कारयोग ने बहुत वधिया अगवाई कर रही ने उन्हां दा धन्नवाद। वाहिगुरू जी का खालसा वाहिगुरू जी की फतेह। एक नारा एक कोई नारा मैं हुण गाउणा है हाँ भाई वो मैं कहता आ हुण जिहड़ियां टीमां बणियां ना मेरा वीरा जे सानू कोई रात नूं मेरी गल सुन लो भरा यार बड़े जरूरी सूचना है कोई रात नूं कई बारी सानू कोई वीडियोग्राफी करता मिलता है कोई रात नूं सानू लगता कोई आवारा कोई मुंडे कोई कुड़ियां मिलदियां ने फड़ के कुटमार ना कर दिओ कुटमार करांगे तो उहदे नाल माहौल ने होर रंग लै जाणा घोल ने होर पासे नूं तुर पैणा फड़ लो फड़ के असीं इक नंबर भी देवांगे व्हाट्सएप ग्रुप बनाए हुए ने उहनां दे नंबर पावांगे उस बंदियां नूं जथेबंदियां दे आगुआं नूं सूचना दे दो भी भाई आह बंदे फड़े ने आह कुछ कर रहे सी तां मेरा वीर सारी गल आपां निगाह रखनी आ चकन्ने रहना मैं बार बार यही बेनती करदा हाँ ड्रोन फड़े आ भाई मैं बोलता हो सो हुण
ਪੰਜਾਬ ਕਿਸਾਨ ਜਿੰਦਾਬਾਦ ਹਰਿਆਣੇ ਦਾ ਕਿਸਾਨ ਜਿੰਦਾਬਾਦ ਯੂਪੀ ਰਾਜਸਥਾਨ ਦੇ ਕਿਸਾਨ ਜਿੰਦਾਬਾਦ ਸਾਰੇ ਸੂਬਿਆਂ ਦੇ ਕਿਸਾਨਾਂ ਦਾ ਏਕਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।